শক্তি, नमस्कार दोस्तों। निरोग जीवन संस्थान के यूट्यूब चैनल आरबीलाई मीडिया में आपका स्वागत। अपडेट फिरोजपुर शहरी, फिरोजपुर में रविदासिया समाज द्वारा रोष मार्च निकाला गया। श्री गुरु रविदास जी का मंदिर तोड़ने के विरोध में रविदासिया समाज में रोष पाया जा रहा है। रविदासिया समाज द्वारा सड़कों पर उतरकर अपना रोष जताया गया। रोष प्रदर्शन के दौरान बड़ी संख्या में लोग एकत्रित हुए। लोगों द्वारा अपना रोष जताया गया। मंदिर को दोबारा बनाने की मांग की गई। देखिए प्रकार से यहाँ पर भारी संख्या में पुलिस बल भी तैनात किया गया है। फिरोजपुर का यह दृश्य है। फिरोजपुर में श्री गुरु रविदास जी के मंदिर तोड़ने के विरोध स्वरूप समाज द्वारा सड़क पर उतरकर अपना रोष जताया गया। आपको लाइव कवरेज दिखा रहा हूं। बने रहे मेरे साथ, देखते रहे मेरा चैनल। फिरोजपुर में आज सड़क पर बड़ी संख्या में रविदासिया समाज के लोग उतरे, जिनके द्वारा फिरोजपुर बंद की कॉल की गई थी। फिरोजपुर बंद की कॉल के बाद फिरोजपुर बंद पूरी तरह से सफल रहा। लोगों द्वारा सड़क पर उतर कर अपना रोष जताया गया। गुरु श्री रविदास जी के मंदिर को तोड़ने के विरोध में रविदासिया समाज द्वारा सड़क पर उतर कर अपना विरोध जताया गया। सरकार के प्रति अपना गुस्सा निकाला गया। आपको लाइव कवरेज दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਮੰਗ ਹੈਗੀ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ ਹੈ ਤੁਸੀਂ ਕਰ ਲਿਆ? ਅਸਲ ਸਾਡੀ ਇਹ ਮੰਗ ਹੈ ਕਿ ਜਿਹੜਾ ਸਤਿਗੁਰ ਅਰਦਾਸ ਮਹਾਰਾਜ ਜੀ ਦਾ 600 ਸਾਲ ਪੁਰਾਣਾ ਮੰਦਿਰ ਜਿਹੜਾ ਦਿੱਲੀ ਦੇ ਵਿੱਚ ਤੋੜਿਆ ਗਿਆ ਹੈ, ਅਬਲਕਾਬਾਦ ਦੇ ਵਿੱਚ ਸੁਪਰੀਮ ਕੋਰਟ ਦੇ ਆਦੇਸ਼ ਦੇ ਮੁਤਾਬਕ 24 ਘੰਟਿਆਂ ਦੇ ਵਿੱਚ ਜਿਹੜਾ ਆਰਡਰ ਉਹਨਾਂ ਨੇ ਪਾਸ ਕਰਕੇ ਤੋੜਿਆ ਹੈ, ਜਦਕਿ ਲੰਬੇ ਸਮੇਂ ਤੋਂ ਹੋਰ ਵੀ ਸੁਪਰੀਮ ਕੋਰਟ ਦੇ ਬੜੇ ਫੈਸਲੇ ਆਏ, ਬੜੇ ਐਸੇ ਫੈਸਲੇ ਉੱਤੇ ਜਿਹੜੇ ਕਿ ਅਜੇ ਉਸਤਰਾ ਪਏ ਨੇ। ਇਹ ਜਿਹੜਾ ਸਾਡਾ ਮੰਦਿਰ ਜਿਹੜਾ ਸਤਿਗੁਰ ਅਰਦਾਸ ਜੀ ਦਾ ਤੋੜਿਆ ਗਿਆ ਹੈ, ਮੋਦੀ ਸਮਝੀ ਸਾਜਿਸ਼ ਦੇ ਨਾਲ ਤੋੜਿਆ ਗਿਆ, ਔਰ SC ST ਸਮਾਜ ਨੂੰ ਇੱਕ ਉਹਨਾਂ ਨਾਲ ਧੱਕਾ ਕੀਤਾ ਗਿਆ, ਉਹਨਾਂ ਨਾਲ ਧੋਖਾ ਕੀਤਾ ਗਿਆ। ਇਸ ਕਰਕੇ ਅੱਜ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਪੂਰੇ ਭਾਰਤ ਦੇਸ਼ ਦੇ ਵਿੱਚ, ਜਿਹੜਾ ਭਾਰਤ ਬੰਦ ਦਾ ਸਮਰਥਨ ਅਸੀਂ ਫਿਰੋਜ਼ਪੁਰ ਦੇ ਵਿੱਚ ਕਰ ਰਹੇ ਹਾਂ, ਔਰ ਸਾਡਾ ਜਿਹੜਾ ਇੱਕੋ ਚੱਲ ਕੇ DC ਸਾਹਿਬ ਦੇ ਦਫ਼ਤਰ ਜਾ ਕੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ। ਮੰਗ ਪੱਤਰ ਦੇ ਵਿੱਚ ਸਾਡੀ ਇਹੀ ਮੰਗ ਹੈ ਕਿ ਜਿਹੜਾ ਸਾਡਾ ਰਿਕਾਰਡ ਜੀ ਦਾ ਮੰਦਰ ਇਹਨਾਂ ਨੇ ਢਾਇਆ, ਉਸੇ ਮੰਦਰ ਨੂੰ ਪਹਿਲਾਂ ਦੀ ਹਾਲਤ ਵਿੱਚ ਜਿਵੇਂ ਪਹਿਲਾਂ ਜਿਉਂ ਦੀ ਤਿਉਂ ਉਹਨਾਂ ਨੂੰ ਕੀਤਾ ਜਾਵੇ, ਉਹਨੂੰ ਬਣਾਇਆ ਜਾਵੇ, ਸਾਡੀ ਇਹੀ ਮੰਗ ਹੈ। ਸਰ ਸ਼ਾਂਤੀਪੂਰਨ ਪ੍ਰਦਰਸ਼ਨ ਰਹੇਗਾ ਕਿ ਜਾਂ ਕਈ ਵਾਰੀ ਹੁੰਦਾ ਵੀ ਹੰਗਾਮਾ ਵੀ ਹੋ ਜਾਂਦਾ? ਬਿਲਕੁਲ ਸ਼ਾਂਤੀਪੂਰਨ ਰਹੇਗਾ ਸਾਡਾ ਪ੍ਰਦਰਸ਼ਨ, ਜਿਹੜਾ ਬਿਲਕੁਲ ਸ਼ਾਂਤੀਪੂਰਨ ਰਹੇਗਾ। ਕੋਈ ਵੀ ਜਿਹੜਾ ਮਾੜਾ ਅੰਸਰ, ਕੋਈ ਮਾੜੀ ਘਟਨਾ ਕਰੇਗਾ, ਉਹਦੇ 'ਤੇ ਸਾਡੀ ਵੀ ਅੱਖ ਰਹੇਗੀ ਔਰ ਪ੍ਰਸ਼ਾਸਨ ਦੀ ਵੀ ਅੱਖ ਰਹੇਗੀ, ਔਰ ਜਿਹੜਾ ਬੰਦਾ ਕੋਈ ਗਲਤ ਕੰਮ ਕਰੇਗਾ ਪਹਿਲ ਦੇ ਆਧਾਰ 'ਤੇ ਤਾਂ ਅਸੀਂ ਉਹਦੇ ਨਾਲ ਨਿਪਟਾਂਗੇ, ਉਸ ਤੋਂ ਬਾਅਦ ਅਗਰ ਸਾਡੇ ਤੋਂ ਵੀ ਉਹ ਦੁਬਾਰਾ ਹੋ ਕੇ ਕੋਈ, ਕਿਉਂਕਿ ਸਾਨੂੰ ਪਤਾ ਹੈ ਗਲਤ ਅੰਸਰ ਸਾਡੇ ਐਸੇ ਮੂਵਮੈਂਟ ਦੇ ਵਿੱਚ ਆਣ ਕੇ ਦਖਲਦਾਜ਼ੀ ਕਰ ਦਿੰਦੇ ਆ, ਜਿਹਦੇ ਨਾਲ ਪੂਰੀ ਮੂਵਮੈਂਟ ਦਾ ਨੁਕਸਾਨ ਹੁੰਦਾ, ਉਹਦੀ ਉਹਦੇ 'ਤੇ ਅਸਰ ਪੈਂਦਾ। ਇਸ ਕਰਕੇ ਅਸੀਂ ਹਰ ਗਲਤ ਅੰਸਰ ਜਿਹੜਾ ਕੋਈ ਵੀ ਸਾਡੀ ਮੂਵਮੈਂਟ 'ਚ ਮਿਲੇਗਾ, ਅਸੀਂ ਉਹਨੂੰ ਬਿਲਕੁਲ ਉਹਦਾ ਧਿਆਨ ਰੱਖਾਂਗੇ ਔਰ ਗਲਤ ਕੰਮ ਨਹੀਂ ਕਰਾਂਗੇ।